ਕਿਆ ਕਹਿੰਦਾ ਫਿਰ ਰੇਟਾ ਬਾਕੀ ਬਈ ਕੰਮ ਕਾਰ ਚੱਲੀ ਜਾਂਦੇ ਹਾਂ ਵਧੀਆ ਅਤੇ ਹਵਾ ਨੇ ਬਈ ਦੋ ਦਿਨ ਹੋ ਗਏ ਦਮ ਤੋੜਿਆ ਪਿਆ, ਰਾਤ ਮੀਂਹ ਵੀ ਆ ਲਿਆ, ਮੀਂਹ ਵੀ ਖਾਸਾ ਪੈ ਲਿਆ ਤਾਂ ਫੇਰ ਹਟ ਜਾਂਦਾ, ਫੇਰ ਪੈ ਲੈਂਦਾ ਤਾਂ ਵੀ ਉਹ ਝੜੀ ਜਿਹੀ ਰੱਖ ਦਿੱਤੀ ਬਾਕੀ ਹੁਣ ਅਤੇ ਟਰੈਕਟਰ ਪਰ ਆਏ ਵੇ ਹੁਣ ਗੇੜਾ ਬਾਹਰ ਵੀ ਅਤੇ ਹਵਾ ਹੋਵਾ ਤਾਂ ਨਹੀਂ ਪੈ ਗਈ ਕਣਕਾਂ ਨੂੰ ਦੇਖਣ ਆਏ ਤੇ। ਬਾਕੀ ਤੁਹਾਨੂੰ ਦਿਖਾਉਂਦੇ ਹਾਂ ਜੀ ਕਣਕਾਂ, ਕਣਕਾਂ ਪੂਰੀਆਂ ਨਿਸਰ ਗਈਆਂ ਹੁਣ ਸਾਰੀਆਂ ਹੀ ਆਪਣੇ ਸਾਰੇ ਖੇਤ ਪਰ ਹਜੇ ਪੂਰੀ ਨਿਕਲੀ ਹੈਗੀ ਵੀ ਉਹੀ 50% ਨਿਸਰੀ ਵੀ ਆ ਇਹ ਜਿਹੜੀ ਉੱਧਰ ਆਪਣੇ ਉਹ ਪੂਰੀ ਨਿਸਰ ਗਈ ਸਾਰੀ ਖੇਤ ਦੀ ਅਤੇ ਆਹ 50% ਨਿਸਰੀ ਵੀ ਆ ਆਹ ਵੀ ਕਣਕ ਨਿਸਰਨ ਲੱਗ ਗਈ। ਜਿਹੜਾ ਉਹ ਥੱਲੇ ਵਾਲਾ ਖੇਤ ਆ ਵੀ ਉਹ ਪਹਿਲਾਂ ਨਿਸਰਿਆ ਆ ਇਹਦੇ ਨਾਲੋਂ ਨਾਲੇ ਬੀਜੀ ਵੀ ਤਾਂ ਕੱਟੀ ਉਹ ਹੈ ਉਹ ਪਹਿਲਾਂ ਨਿਸਰਿਆ ਆ ਅਤੇ ਬਾਕੀ ਆਪਣੀ ਹੁਣ ਬਈ ਪਰਚੀ ਵੀ ਆ ਗਈ ਕੱਲ੍ਹ ਤੱਕ ਆ ਜਾਣੀ, ਚੌਥਾ ਗਰੁੱਪ ਚੱਲ ਗਿਆ, ਚੌਥੇ ਗਰੁੱਪ 'ਚ ਆਪਣੀ 3 ਪਰਚੀਆਂ ਅਤੇ ਹੁਣ ਪਹਿਲੀ ਪਰਚੀ ਤਾਂ ਆ ਜਾਣੀ ਅੱਜ ਕੱਲ੍ਹ 'ਚ ਜਾਂ ਅੱਜ ਵੀ ਆ ਸਕਦੀ ਹੈ ਜਾਂ ਕੱਲ੍ਹ ਨੂੰ ਆ ਜਾਵੇ। 662 ਨੰਬਰ ਆਪਣਾ 560 ਦਾ ਕੱਲ੍ਹ ਪਹਿਲਾ ਗਰੁੱਪ ਜਾ ਨਾ ਚੌਥਾ ਗਰੁੱਪ ਚੱਲੇ। ਬਾਕੀ ਆਹ ਗੰਨਾ ਆਪਾਂ ਨੇ ਕਰਕੇ ਪਹਿਲਾਂ ਲੱਗਣਾ ਇਹਦੇ ਕਰਕੇ ਵਧੀਆ ਪਰਚੀ ਹੈਗੀ ਨਹੀਂ, ਪਰਚੀ ਆਪਾਂ ਨੂੰ ਦੇਣੀ ਪੈਣੀ ਸੀ ਖੇਤ ਦੀ ਕਿਉਂਕਿ ਉਰੇ ਫਿਰ ਮੱਕੀ ਬੀਜਣੀ ਆਪਾਂ ਨੇ, ਖੇਤ ਪਾ ਕੇ ਤਿਆਰ ਕਰ ਦੇਣਾ ਇਹ ਹੈ ਜਿਹੜਾ ਆਹ ਮੋਢਾ ਦਾ ਇਹ ਬਾਹ ਹੋ ਜੂੰਗਾ ਇੱਧਰ ਇੱਧਰ ਆਹ ਪੱਟਣਾ ਇੱਧਰ ਆਹ ਬੀਜਣਾ ਅਤੇ ਇਹਨੂੰ ਵਾਹ ਕੇ ਬਾਕੀ ਤਵੀਆਂ ਵੀ ਹੈ ਨਾ ਕਰਾਤੀਆਂ ਲੋਟ ਆਪਾਂ ਨੇ ਖੇਤ ਕਰਾ ਦਿੱਤਾ ਅਤੇ ਹੁਣ ਰਹਿ ਗਿਆ ਰੂਟਾਵੀਟਰ ਸਵਾਗੇ ਦਾ ਵੀ ਮਾੜੀ ਮੋਟੀ ਪੱਤੀ ਪੁੱਤੀ ਹੋਣੀ ਹੈ ਕੁਝ ਲੱਗਣੇ ਜੋ ਵੀ ਲਵਾਤੀ ਦੀ ਆਪਾਂ ਨੇ ਬਾਕੀ ਸਾਰੇ ਸੰਦਾਂ ਕਰ ਦੇਣੇ ਤਿਆਰ ਬਾਕੀ ਗਾਹਾਂ ਫਿਰ ਆਉਣਾ ਕੰਮ ਆਉਣੇ ਆ ਅਤੇ ਹੁਣ ਆਪਾਂ ਵਿਹਲੇ ਅਤੇ ਅੱਜ 1-2 ਕੰਮ ਜਿਹੇ ਆ ਉੱਥੇ ਜਾ ਕੇ ਆਉਣਾ ਉਹਦੇ ਬਾਅਦ ਬਾਈ ਦੇਖਦੇ ਹਾਂ ਹੁਣ ਅਤੇ ਐਤਵਾਰ ਦੇ ਦਿੱਤਾ ਪੈਦਾ ਸੀ ਜਿਹੜਾ ਅੰਬੂ ਬਾਰਡਰ ਪਰ ਅਤੇ ਅੱਜ ਮੀਟਿੰਗ ਆ ਅਤੇ ਉਹ ਲੱਗ ਗਿਆ ਫਿਰ ਉਹਨਾਂ ਨੇ 21 ਤਰੀਕ ਹੋ ਗਈ ਆ ਉਹ ਦੇਖਦੇ ਹਾਂ ਬਾਕੀ ਕੱਲ੍ਹ ਨੂੰ ਆਪਾਂ ਨੇ ਜਾ ਕੇ ਆਉਣਾ ਕੱਲ੍ਹ ਉੱਥੇ ਜਾ ਕੇ ਆਉਂਗੇ ਸ਼ੰਭੂ ਭਾਜੀ ਮੱਕੀ ਜਿਹੜੇ ਸਾਰੇ ਕੰਮ ਕਰ ਸਕਦੇ ਅੱਗੇ ਚੱਲਦੇ ਹਾਂ ਜਿਹੜਾ
ਆਪਣਾ 826 ਬੀਜ ਆ ਅਤੇ ਪੂਰਾ ਨਿਸਰ ਗਿਆ, ਐਂ ਥੋੜ੍ਹਾ ਬਹੁਤਾ ਨਿਕਲ ਵੀ ਰਿਹਾ ਵੀ 90% ਤਾਂ ਨਿਸਰਿਆ ਵੀ ਇਹ ਬਲ ਬਾਹਰ ਆ ਗਈ। ਬਲ ਵੀ ਬਈ ਇਹਦੀ ਖਾਸੀ ਲੰਬੀ ਆ, ਬਾਕੀ ਇਹਦੇ ਵੱਧ ਰਹੇ ਆ ਦੇਖਦੇ ਹਾਂ। ਅਤੇ ਕਣਕ ਐਤਕੀ ਬਈ ਸਭ ਦੀਆਂ ਵਧੀਆ ਹੈ, ਇਤਰਾ ਕਿ ਇਹਨਾਂ ਨੇ ਬਾਅਦ ਚੋਂ ਬੀਜੀ ਤੀ ਵੀ ਕਣਕ ਵਧੀਆ ਹੋ ਗਈ। ਇਹ ਵੈਸੇ ਹੁਣੀ ਨਿਸਰਨ ਲੱਗ ਗਈ ਹੈ, ਇਹ ਛੋਟੀ ਆ ਆਪਣੇ ਵਾਲੇ ਹੁਣ ਪੂਰਾ ਗੱਤ ਕਰਕੇ ਫਿਰ ਨਿਸਰੀ ਆ। ਆ ਇੱਧਰਲੀ ਸਾਈਡ ਆ ਫਾਂਡ ਕਰਕੇ ਇੱਥੇ ਆਪਾਂ ਲੈ ਕੇ ਪਰ ਪਾਣੀ ਲਾਇਆ ਤਾਂ ਬਾਕੀ ਕਣਕ ਐਨ ਖੜੀ ਆ। ਇਹਦਾ ਬਾਈ ਇੱਕ ਹੋਰ ਹੈਗਾ ਵੱਧਦੀ ਬਹੁਤ ਆ, 826 ਇਹ ਗਿਰਦੀ ਜ਼ਿਆਦਾ, ਅਤੇ ਬਾਕੀ ਹੁਣ ਰਿਜ਼ਲਟ ਦੇਖਦੇ ਹਾਂ ਐਤਕੀ ਵੀ ਕਿਵੇਂ ਦਾ ਹੈ, ਝਾੜ ਝੂੜ ਪਰ ਕਿਵੇਂ ਰਹਿੰਦੀ ਆ, ਬਾਕੀ ਗਿਰਦੀ ਕਿੰਨੀ ਗਾ ਸਾਰਾ ਪਤਾ ਲੱਗ ਜਾਣਾ ਹੁਣ ਆਪਾਂ ਨੂੰ। ਵੈਸੇ ਆਹ ਖੇਤ ਨਾਲ ਬਹੁਤ ਫਰਕ ਹੈ, ਇਹਦਾ ਕੱਦ 'ਚ ਸੋਹਣੀ ਹੋਈ ਵੀ, ਲੱਕ ਥਾਣੀ ਹੋਈ ਵੀ ਉੱਥੇ, ਅਤੇ ਇਹ ਜ਼ਿਆਦਾ ਰੇਹ ਪਾਣੀ ਘੱਟ ਮੰਗਦੀ ਹੈ ਇਹ ਵੀ, ਇਹਦਾ ਆਹ ਨਜ਼ਾਰਾ ਹੈ। ਅਤੇ ਬੀਜ ਆਪਾਂ ਨੇ ਸਾਰਾ ਹੀ ਘਰਾਂ ਰੱਖਣਾ, ਖਾਣ ਨੂੰ ਵੀ ਦੇਖਦੇ ਹਾਂ ਵੀ ਕਿਵੇਂ ਦਾ ਰਹਿੰਦਾ ਇਹਦਾ ਰਿਜ਼ਲਟ। ਬਾਕੀ ਜੇ ਕਿਸੇ ਵੀਰ ਨੇ ਪਹਿਲਾਂ ਲਾਈ ਵੀ ਹੋਈ ਬੀਜਿਆ ਹੈ ਨਾ ਬੀਜ ਪਿਛਲੀ ਵਾਰੀ, ਤਾਂ ਉਹ ਜ਼ਰੂਰ ਦੱਸਿਓ ਵੀ ਕਿਵੇਂ ਦਾ ਬਾਈ, ਖਾਣ ਨੂੰ ਕਿਵੇਂ ਆ, ਇਹ ਰੋਟੀ ਵੀ ਵਧੀਆ ਬਣਦੀ ਹੈ ਇਹਦੀ, ਅਤੇ ਬਾਕੀ ਗਿਰਦੀ ਗੁਰਦੀ ਕਿਵੇਂ ਆ, ਝਾੜ ਕਿੰਨਾ। ਝਾੜ ਤਾਂ ਵੈਸੇ ਸਾਰਿਆਂ ਨੂੰ ਬਾਈ ਜਿੰਨੇ ਤੋਂ ਸੁਣਿਆ ਸਾਰਿਆਂ ਨੇ 23-24 ਦਾ ਕਿਹਾ ਹੈ ਵੀ 23-24 ਕੁਇੰਟਲ ਦਾ ਨਿਕਲਦੀ ਹੈ, ਵਜਨ ਵੀ ਦਿੰਦੀ ਆ। ਬਾਕੀ ਵਿੱਚ ਆਪਣੇ ਇੱਧਰ ਨੀਲ ਗੂਆਂ ਨੇ ਪੈੜਾਂ ਪਾਈਆਂ ਪਈਆਂ ਲੀਆਂ, ਲਗਭਗ ਹੁਣ ਤਾਂ ਕਣਕਾਂ ਸਾਰੀਆਂ ਨਿਸਰਨੇ ਪਰ ਆ ਗਈਆਂ। ਭਾਵੇਂ ਕੋਈ ਗ੍ਰੇਹ ਵਿੱਚ ਹੈਗੀ ਇਹ ਵਿੱਚ ਵਿੱਚ, ਜਦ ਆਪਾਂ ਨੇ ਪਾਣੀ ਲਾਇਆ ਤਾ ਨਾ ਜਦ ਵਿੱਚ ਗਿਰ ਗਈ ਤੀ। ਆਹ ਸਾਈਡ ਦੇਖੋ ਵੀ ਇਕੱਲੀ ਬੱਲੇ ਚਮਕਦੀ ਆ, ਬੱਲ ਬਹੁਤ ਲੰਬੀ ਹੈ ਇਹਦੀ। ਹੁਣ ਨਾਲੇ ਬੂਟਿਆਂ 'ਚ ਬੀਜ ਕੇ ਦੇਖਾਂਗੇ ਇਹਨੂੰ, ਬੂਟਿਆਂ 'ਚ ਵੈਸੇ ਪਰ ਗਿਰਨੀ ਜ਼ਿਆਦਾ ਕਿਉਂਕਿ ਬੂਟਿਆਂ 'ਚ ਦੂਈ ਵੀ ਕਣਕ ਗਿਰਨ ਲੱਗ ਜਾਂਦੀ ਆ ਹਵਾ ਪੈ ਕੇ, ਇਹ ਵੀ ਦੇਖ ਲਾਂਗੇ ਲਾ ਕੇ ਬੂਟਿਆਂ 'ਚ ਆਪਣਾ ਗਾਹਾਂ ਨੂੰ। ਅਤੇ ਹੁਣ ਬਾਕੀ ਪੱਤਿਆਂ ਦਾ ਟਾਈਮ ਆ ਗਿਆ ਬਈ, ਬਸੰਤ ਲੰਘ ਗਈ ਆਈ ਬਸੰਤ ਪਾਲਾ ਉਡੰਤ, ਪਾਲਾ ਚਲੇ ਗਿਆ ਠੰਡ ਚਲੇ ਗਈ, ਹੁਣ ਗਰਮੀਆਂ ਸ਼ੁਰੂ ਹੋ ਗਈਆਂ, ਅਤੇ ਆਪਾਂ ਵੀ ਟੀ ਸ਼ਰਟ ਪਾਈ ਫਿਰਦੇ, ਹਵਾ ਚੱਲਦੀ ਪਰ ਠੰਡ ਨਹੀਂ ਲੱਗਦੀ ਹੈਗੀ, ਧੁੱਪ ਵੀ ਪੂਰੀ ਗੈੜੀ ਪਈ ਵੀ ਆ, ਅਤੇ ਹੁਣ ਪੱਤੇ ਵੀ ਨਿਕਲਣ ਲੱਗ ਗਏ ਪੱਤਿਆਂ ਦਾ ਵੀ ਹੋ ਗਿਆ ਪੂਰਾ ਜ਼ੋਰ। ਬਾਕੀ ਜਿਹੜਾ ਬਈ ਜਵਾ ਤਾਂ ਆਪਣਾ ਉਹ ਆਪਾਂ ਨੇ ਉਰੇ ਖੜਾ ਹੀ ਦੇਖਤਾ, ਕਿਉਂਕਿ ਹੁਣ ਰੇਟ ਵੀ ਘੱਟ ਗਿਆ ਜਵੀ ਦਾ, ਉਹ ਆਪਣੇ ਹੁਣ 200-250 ਰੁਪਏ ਨੂੰ ਲੈਂਦੇ ਹਾਂ, 240-250। ਚੰਡੀਗੜ੍ਹ ਹੈਗਾ ਉੱਥੇ ਵੀ ਬਈ ਐਂ ਆ ਜੇ ਜ਼ਿਆਦਾ ਮਾਲ ਆ ਜਾਵੇ ਤਾਂ ਘੱਟ ਜਾਂਦਾ, ਨਹੀਂ ਉੱਪਰ ਚੱਲਿਆ ਰਹਿੰਦਾ ਰੇਟ, ਤਾਂ ਕਰਕੇ ਆਪਾਂ ਨੇ ਉਰੇ ਖੜਾ ਹੀ ਵੇਚਤਾ ਜਵਾ। ਅਤੇ ਹੁਣ ਉਹ ਵੱਢ ਕੇ ਜਿੱਦਣ ਉਹਨਾਂ ਨੇ ਵੱਢ ਲਿਆ ਨਾਲੇ ਆਪਣਾ ਗੰਨਾ ਨਿਕਲ ਜੂਗਾ ਜਦ ਤੱਕ ਪਰਚੀ ਆ ਕੇ, ਅਤੇ ਨਾਲੇ ਆਪਣਾ ਵੇਚ ਦਾਂਗੇ ਉਹਨੂੰ, ਪਲਟਾਵੇ ਮਾਰਨੇ ਉਹ 'ਚ ਪਲਟਾਵੇ ਮਾਰ ਕੇ
ਫਰਟੀਲਾਈਜ਼ਰ ਕਰਕੇ ਖੇਤ ਐਨ ਵਧੀਆ ਬਣਾ ਕੇ ਰੇਹ ਪਾਣੀ ਪਾ ਕੇ ਫਿਰ ਆਪਾਂ ਨੇ ਗੰਨਾ ਲਾਉਣਾ ਉਹ 'ਚ, ਫਿਰ ਬੂਟੇ ਲਾਉਣੇ, ਬੂਟੇ ਆਪਣੇ ਘਰ ਪਏ ਆ ਪਾਣੀ 'ਚ ਰੱਖੇ ਵੇ, ਉਹ 'ਚ ਆਪਾਂ 12 ਨੰਬਰ ਨਾ 13 ਨੰਬਰ ਲਾਵਾਂਗੇ ਛੇਟੀ। ਅਤੇ ਬਾਕੀ ਇੱਧਰ ਬੂਟਿਆਂ ਦੇਖ ਲਓ ਕਣਕ ਐਨ ਪੂਰੀ ਟੋਪ ਦੀ ਖੜੀ ਹੈ, ਆਪਣੇ ਬੂਟਿਆਂ 'ਚ ਵੀ ਕਣਕ ਬਈ ਵਧੀਆ ਹੋ ਜਾਂਦੀ ਹੈ। ਇਹ ਤਬੱਲੇ ਬਾਹੀ ਵਾਲੇ ਬੂਟੇ ਆ ਬਈ, ਇੱਕ ਆਪਾਂ ਨੇ ਲਾਏ ਵੇ, ਇਹ 'ਚ ਆਹ ਨਜ਼ਾਰਾ ਦੇਖੋ ਵੀ ਜਗ੍ਹਾ ਬਚੀ ਵੀ ਨਹੀਂ ਹੈਗੀ, ਨਹੀਂ ਆ ਵਿੱਚ ਵਿੱਚ ਸਫਾਈ ਕਰਨ ਦੀ ਲੋੜ ਪੈ ਜਾਂਦੀ ਹੈ, ਹੁਣ ਤਬੱਲੇ ਨੂੰ ਬਾਹੀ ਹੋ ਗਈ ਅਤੇ ਸਫਾਈ ਹੋ ਜਾਂਦੀ ਹੈ। ਆਹ ਨਜ਼ਾਰਾ ਇੱਕ ਇਹਦਾ, ਕਣਕ ਵੀ ਜ਼ਿਆਦਾ ਹੋ ਜਾਂਦੀ ਹੈ, ਨਹੀਂ ਆਹ ਗਬਲੀਆਂ ਪਾਂਟਾਂ ਸਾਰੀਆਂ ਖਾਲੀ ਦੇਖ ਲਈਆਂ। ਬਾਕੀ ਹੁਣ ਚੱਲਦੇ ਹਾਂ ਘਰ ਨੂੰ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲਓ ਜੀ ਆਪਾਂ ਬਈ ਜਾ ਰਹੇ ਤੇ ਬਾਕੀ ਫੇਰ ਬੰਦੇ ਨੇ ਰੋਕ ਲਿਆ, ਅੱਧ ਵਿਚਾਲੇ ਫੜ ਲਿਆ ਮੈਨੂੰ ਤੇ ਬਾਕੀ ਸਿਸਟਮ ਲਾਉਣ ਲੱਗਿਆ ਵੇ ਇਹ। ਤੇ ਹੋਰ ਦੋ ਦਿਨ ਹੋ ਗਿਆ ਨਾ, ਤਿੰਨ ਦਿਨ ਹੋ ਗਏ, ਉਦਣ ਦਾ ਬਈ ਆ ਨਹੀਂ ਹੋਇਆ ਮੇਰੇ ਤੇ ਵੀ, ਗੇੜਾ ਨਹੀਂ ਲੱਗਿਆ, ਅੱਜ ਆਉਂਦਾ ਆਉਂਦਾ ਇਹਨੇ ਰਸਤੇ 'ਚ ਘੇਰ ਲਿਆ ਮੈਨੂੰ ਅਤੇ 11 ਵੱਜ ਗਏ ਰਾਤ ਦੇ। ਅਤੇ ਬਾਕੀ ਹੁਣ ਲੱਗਿਆ ਹੋਇਆ ਵੀਰੋ ਫਿਟਿੰਗ ਕਰਨ, ਕਿੱਥੇ ਦੇ ਬੁਲਾਇਆ ਵੀਰ? ਇਹ ਨਾਲ ਮੇਨ ਫਿਟਿੰਗ ਵਾਲਾ ਸਾਡਾ ਬੰਦਾ ਹੋ ਗਿਆ, ਬਾਕੀ ਬਈ ਬੇਸਾ ਬੂਸਾ ਫਿੱਟ ਕਰਤੀ ਆ, ਸਿਸਟਮ ਲਾਤਾ ਸਾਰਾ, ਬੇਸ ਧਮਕ। ਲਓ ਜੀ ਕਿਆ ਬਾਤਾਂ ਨੇ, ਦੇ ਦੇ 11 ਵਜੇ ਕਿਹਨੂੰ ਖਾਲਦਾ ਹੁਣ ਰਾਤ ਨੂੰ ਸਵੇਰੇ ਬਈ 11 ਵੱਜ ਗਏ। The family is thinking ਪਹਿਲਾ ਮਸ਼ਹੂਰੀਆਂ ਨਾ ਮਨ ਮਨੰਜਨ ਹੋਊਗਾ ਬਾਈ ਜੀ, ਇਸ song about my friend Zane my friend। ਬਾਕੀ ਬਈ ਦੇਖਣ ਵਾਲੇ ਸ਼ਾਹ ਕਰ ਆ ਗੜੇ ਬਾਈ ਜੀ, ਫੀਟਿੰਗ ਬਹੁਤ ਸੋਹਣੀ ਕਰੀ ਆ ਬਾਈ ਜੀ, ਫੀਟਿੰਗ ਕਰਾਉਣੀ ਆਪਾਂ ਬੇਸ਼ਾ ਬੂਸਾ ਦੀ, ਜਿਹੜਾ ਸਾਰਾ ਸਾਰਾ ਕੁਛ ਚੱਲਦਾ ਕਰਨਾ ਸਵੇਰੇ ਕੱਲੂ ਕਰਨਾ, ਅੱਜ ਨੀ ਆਉਣਾ, ਅੱਜ ਲੈ ਦੇਣਾ ਸਿੱਧਾ ਹੀ ਕਰਨਾ, ਅੱਜ ਡੈਕ ਕੇ ਕਰਨਾ, ਫਰੇਮਾਂ ਸਾਰੀਆਂ ਤਿਆਰ ਆ ਅੰਦਰ ਪਈਆਂ, ਫਰੇਮਾਂ ਦਿਖਾ ਲਿਆ ਜੀ ਫਿਰ।
ਫਰੰਟ ਦੀ ਫਰੇਮ ਆ ਪੇਪਰ ਨਹੀਂ ਪੇਪਰ ਪਰ ਓਰੀਜਨਲ ਉਹ ਬੈਕ ਦੀ ਪਈ ਆ ਚਮਕੌਰ ਸਾਹਿਬ ਮਾਜਰੀ ਆ ਕੋਈ ਉਧਰ ਪੰਜਾਬੀ ਜਿਹੜਾ ਦੂਆ ਆਇਆ ਆਪਣਾ ਜਮਾ ਹੀ ਬਾਈ ਬਾਈ ਬਾਰੇ ਵੀ ਦੱਸਦੇ ਆ ਟੱਕੀ ਵੀਰ ਫਰੰਟ ਕਵਰ ਕਵਾ ਕਿਹੜੀ ਕਿਹੜੀ ਚੀਜ਼ ਕਿੱਥੇ ਕਿੱਥੇ ਰੱਖਣੀ ਰੱਖ ਕੇ ਫਰੰਟ ਵਾਲਾ ਤੇ ਬੈਕ ਵਾਲਾ ਸਰੀ ਨੂੰ ਲੱਗੇ ਨੇ ਜਿੱਦਾਂ ਮਰਜ਼ੀ ਬਾਕੀ ਬਈ ਇਹਦੇ ਚ ਗੱਡੀ ਚ ਨਹੀਂ ਇੰਜੈਕਟਰ ਉਹ ਲਾਤੇ ਇਹਦੇ ਵਿੱਚ ਵੀ ਨਹੀਂ ਗੱਡੀਆਂ ਨੂੰ ਆਉਂਦੇ ਸਕੋਰਪੀਓ ਨੂੰ ਆਉਂਦੇ ਇੰਜੈਕਟਰ ਉਹ ਲਾਤੇ ਉਹ ਪ੍ਰੈਸ਼ਰ ਤੇਜ਼ ਮਾਰ ਦਿੰਦੇ ਬਾਕੀ ਸਟੀਕਰਾਂ ਦਾ ਵੀ ਫਰਕ ਪਿਆ ਗਿਆ
ਤੇ ਪਿੱਛੇ 18 ਦੇ ਟਾਇਰ ਆ ਗਏ ਵੇਟ ਪਾ ਤੇ ਸਪੈਸ਼ਲ ਫਿਟਿੰਗ ਕਰਨ ਤੇ ਫਿਟਿੰਗ ਇਹਨੇ ਦੋ ਫੋੜਾਂ ਦੀ ਕਰੀ ਸੀ, ਜਿਹੜੇ ਇੱਕ ਫੋੜ ਦੇ ਫਾੜ ਗਿਆ ਇੱਕ ਨਾਲ, ਦੋਨਾਂ ਦੀ ਫਿਟਿੰਗ ਬਾਈ ਨੇ ਕਰੀ ਸੀ ਉਹਦਾ ਵੀ, ਤੇ ਉਹ ਵੀ ਬਹੁਤ ਸੋਹਣੀ ਸੀ ਆ ਵੀ ਫਿਟਿੰਗ। ਬਾਕੀ ਸਾਰਾ ਬਾਈਨਰ ਦਾ ਸਿਸਟਮ ਲਾਇਆ ਬਾਈ, ਬਹੁਤ ਸੋਹਣਾ ਬਣਦਾ ਜਿਹੜਾ ਤਿੰਨ ਚਾਰ ਬੇਸਾਂ ਚਾਰ ਲਾਉਂਦੇ ਹਾਂ ਆਪਾਂ, ਉਹਦੇ ਵਿੱਚ ਹੈਂਡਮੇਡ ਹੈਂਡਮੇਡ ਬਾਈ ਚੀਜ਼ ਆਏ ਆ, ਉਹ ਵੀ ਦਿਲ ਪਰ ਵੱਜਦੀ ਆ ਨਾ ਜਿਹੜੀ ਇਹ ਚੀਜ਼ ਆ, ਇਹ ਐਨ ਸਮੂਥਲੀ ਵੱਜਦੀ ਆ, ਵੀ ਐਂ ਨਹੀਂ ਹੈਗਾ ਕੰਨ ਪੜਦੇ ਪਾੜਨੇ ਵਾਲਾ ਕੰਮ, ਬੇਸ ਵੱਜਦੀ ਵੀ ਪੂਰੀ ਐਨ ਵਧੀਆ ਹੈ, ਪਰ ਸਵਾਦ ਆਉਂਦਾ ਵੀ ਸੁਣ ਕੇ, ਇਹਨੂੰ ਲੰਬਾ ਟਾਈਮ ਆਪਾਂ ਸੁਣ ਸਕਦੇ ਬੇਸ ਪੂਰੀ ਛੱਡ ਕੇ, ਇਹ ਉਹ ਚੀਜ਼ ਆ। ਇਹਨਾਂ ਦਾ ਸਿਸਟਮ ਆ, ਬਾਕੀ ਕੰਨਾਂ 'ਚ ਵੀ ਵੱਜਦੇ ਹੈਗੇ, ਜਿਹੜੇ ਸਪੀਕਰ ਲਾਏ ਹੋਏ ਆ 6 ਇੰਚ ਕੰਨਾਂ 'ਚ ਵੱਜਦੀ ਆ ਆਵਾਜ਼, ਇਹ ਫਰਕ ਹੈਗਾ ਹੀ ਆ ਬਾਈ ਚੀਜ਼ਾਂ ਦਾ ਜਿਹੜੀਆਂ ਓਰੀਜਨਲ ਲਗਾਉਂਦੇ। ਬਾਕੀ ਸਨੀ ਤੇਰਾ ਸੀਲਿੰਗ ਦਾ ਕੰਮ ਨਿਬੜਿਆ ਪਈ ਆ, ਬਾਹਰ ਮੁਰੇ ਉਹ ਲਾਉਣੀ ਬਾਹਰ, ਉਹਨੇ ਆਪਣੀ ਵੀ ਹੋਣੀ ਆਪੇ ਲਾਈ ਜਾਊਂਗਾ ਜਿਵੇਂ ਲਾਉਣਾ ਬੰਦੇ ਨੇ, ਬਾਹਰ ਵਾਲਾ ਕੰਮ ਰਹਿ ਗਿਆ ਬਾਕੀ ਹੋ ਗਿਆ ਬਾ, ਕੱਲ੍ਹ ਨੂੰ ਦਵੇੜ ਦੇਣਾ, ਕੱਲ੍ਹ ਨੂੰ ਮੇਰਾ 2 ਘੰਟੇ ਰੱਖ ਦੇਣਾ ਬਾ, ਤੂੰ ਕੱਲ੍ਹ ਨੂੰ ਵੀਡੀਓ ਬਣਾ ਲਈ, ਮੈਂ ਕੱਲ੍ਹ ਨੂੰ ਸ਼ਾਮ ਨੂੰ ਇਹ ਪਾਉਣੀ ਆ ਵੀਡੀਓ, ਫਿਰ ਉਹਨੂੰ ਦੇ ਦੀ ਥੋੜ੍ਹੀ ਬਣਾ ਲਓ, ਠੀਕ ਆ ਵੀ ਤੁਹਾਨੂੰ ਦੇ ਦੀ ਕਰਕੇ ਕੱਪੜਾ ਕੁੱਪੜਾ ਮਾਰ ਕੇ ਡਰੈਕਸ਼ਨ ਚਮਕਾ ਕੇ ਨਾ ਧਵਾਉਣਾ, ਬਾਕੀ ਬਾਈ ਮੁੰਡੇ ਦਾ ਇੰਸਟਾਗ੍ਰਾਮ ਤੁਸੀਂ ਚੈੱਕ ਕਰ ਸਕਦੇ ਆ, ਕਿਆ ਨਾਮ ਤੇ ਆ ਟੀਵੀ 12 ਇੰਸਟਾਗ੍ਰਾਮ ਜਿਹੜੀ, ਹਾਂ ਮੈਂ ਤਾਂ ਭੁੱਲ ਗਿਆ ਤਾ ਬਾਈ ਦਾ, ਬਾਈ ਹੈਗਾ ਆਪਣਾ ਕੋਈ ਫੇਸਬੁੱਕ ਇੰਸਟਾਗ੍ਰਾਮ ਪਰ, ਕਾਹਦੇ ਨਾਮ ਤੇ ਆ ਬਾਈ ਦਾ ਦੱਸ, ਧਮਾਨ ਤੇ ਵਾ ਤਮਾਨ ਪਿੱਛੇ ਕੁਛ ਧਮਾਨ ਮਿਊਜ਼ਿਕ ਸੈਂਟਰ, ਹਾਂ ਧਮਾਨ ਬੋਲਦਾ ਪੂਰਾ ਮੈਨੂੰ ਕਿਆ ਪਤਾ ਨਹੀਂ। ਬਾਕੀ ਬਾਈ ਉਹਦੇ ਪਰ ਬਾਈ ਦਾ ਵੀ ਕੰਮ ਚੈੱਕ ਕਰ ਸਕਦੇ, ਬਹੁਤ ਸੋਹਣਾ ਲਾਉਂਦਾ ਬਾਈ ਦੀ ਸਿਸਟਮ, ਬਾਈ ਜਖਣ ਦੀ ਕੋਈ ਗੱਲ ਨਹੀਂ। ਬਾਈ ਨੇ ਫੋੜ ਪਰ ਵੀ ਜਿਹੜੀ ਤੂੰ ਫੋੜ ਪਰ ਵੀਡੀਓ ਬਣਾਈ ਸੀ ਪਹਿਲਾਂ ਉਹ ਵੀ ਅਨਾਥ 11 ਵੀ ਬਾਈ ਨੇ ਲਾਇਕ ਦੋ। ਹਾਂ ਬਾਕੀ ਹੈਂਡਮੇਡ ਆ ਬਾਈ, ਉਹ ਅਸੀਂ ਹੱਥ ਪੱਲੇ ਮਾਰ ਲਈ ਨੇ, ਇਹਦਾ ਵੈਗਰੂ ਵੈਗਰੂ ਨਾ, ਇਹ ਕੰਮ ਨਹੀਂ ਹੋਣਾ ਆਪਾਂ ਦੇ ਕੋਲ, ਇਹ ਕੰਮ ਰਿਸਕ ਬਾਈ ਰਿਸਕ ਵਾਲਾ ਕੰਮ ਆ, ਦੂਜੀ ਗੱਲ ਤਜਰਬੇ ਦੀ ਗੱਲ ਆ ਬਾਈ, ਦੇਖ ਮੇਰੀ ਗੱਲ ਜਣੇ ਖਣੇ ਦਾ ਬਾਤ ਆ, ਹੈਂਡਮੇਡ ਦਾ ਆਏ ਆ ਉਹਦੀ ਸੋਚਕ ਮਾ ਬੇਸ ਘਟ ਗਈ, ਹਾਂ ਇਹਦੀ ਉਹ ਚੀਜ਼ ਨੇ ਇੱਕ ਵਾਰੀ ਤੂੰ ਜੀ ਕਰਨਾ ਬੇਸ ਨੇ ਕੋਲਾ ਜਾਂ ਅਕੜੇ ਹੀ ਰਹਿ ਜਾਣਾ ਥੱਲੇ ਬੋਲਣਾ, ਉਹ ਵੀ ਚੀਜ਼ ਆ। ਦੂਜੀ ਗੱਲ ਬਾਈ ਮੈਂ ਸਿਸਟਮ ਹੋਰ ਤੇ ਵੀ ਲੱਗੇ ਵੀ ਦੇਖੇ ਆ ਨਾ, ਵੀ ਜਿਕਣਾ ਸਾਰੇ ਪੋਇਨਰ ਦਾ ਸਿਸਟਮ ਲਾ ਲਾ, ਚੱਲ ਸੋਨੀ ਦਾ ਲਾ ਲਾ ਜਾਂ ਹੋਰ ਕਿਸੇ ਦਾ ਲਾ ਲਾ, ਪਰ ਮੇਨ ਬਾਈ ਸੈਟਿੰਗ ਦੀ ਗੱਲ ਆ, ਜੇ ਸੈਟਿੰਗ ਸਹੀ ਕਰ ਗਿਆ ਉਹ ਵੱਜੂਗੇ, ਕਈ ਤਾਂ ਮੈਂ ਡਰੰਮ ਮੰਗੋ ਵੀ ਵੱਜਦੀਆਂ ਦੇਖੀਆਂ, ਸਾਰਾ ਸਿਸਟਮ ਲੱਗਿਆ ਪਿਆ ਹੋਵੇ ਨਾ, ਮੇਨ ਬਾਈ ਹੱਥ ਦੀ ਗੱਲ ਆ, ਇਹ ਮੇਨ ਬੈਰਿੰਗ ਦਾ ਕੰਮ ਆ, ਇਹ ਮੇਨ ਆਵਾਜ਼ ਨਹੀਂ ਬਾਈ, ਕਈਆਂ ਦੇ ਸਹੀ ਬਣਦੀ ਕਈਆਂ ਦੇ ਬੇਸ ਨਹੀਂ ਸਹੀ ਬਣਦੀ, ਇੱਕ ਨਾ ਇੱਕ ਕੱਚ ਹੁੰਦੀ ਆ, ਪਰ ਬਾਈ ਦੀ ਬਾਈ ਦੋਹੇ ਚੀਜ਼ਾਂ ਸਿਰਾ ਲਾਈਆਂ ਪੈਂਦੀਆਂ, ਸਿਰੇ ਵਾਲਾ ਕੰਮ ਕਰਕੇ ਦੇਣਾ ਤਾ ਟਰੈਕਟਰ ਵਾਲਾ ਵੀ ਬਾਈ, ਆਪਾਂ ਸਿਰਾ ਲਾ ਤਾ ਮੁੰਡੇ ਨੇ, ਮੁੰਡੇ ਦਾ ਸ਼ਾਬਾਸ਼ ਜੂੜਾ ਵੱਧਦਾ ਰਹਿ, ਰੱਬ ਤੁਹਾਨੂੰ ਤਰੱਕੀਆਂ ਵਾਸਤੇ, ਅਤੇ ਬਾਕੀ ਠੀਕ ਹੈ ਜੀ, ਤੁਹਾਨੂੰ ਕੱਲ੍ਹ ਨੂੰ ਵੀ ਕਲਿੱਪ ਦਿਖਾ ਦਾਂਗੇ, ਅਤੇ ਹੁਣ ਆਪਾਂ ਚੱਲਦੇ ਹਾਂ ਘਰ ਨੂੰ, ਇਹ ਕਰੀ ਜਾਇਓ ਤੁਸੀਂ, 12 ਨੂੰ ਸੂਈ ਪਹੁੰਚ ਗਈ ਜੀ, 12 ਨੂੰ ਸੂਈ ਲੱਗਣੇ ਵਾਲੀ ਹੈ।
ਮੇਰਾ ਕੋਈ ਕੰਮ ਤਾਂ ਹੈ, ਚਲੋ ਚੱਲਦੇ ਹਾਂ ਜੀ। ਬਾਕੀ ਹੁਣ ਘਰ ਨੂੰ ਮਿਲਦੇ ਹਾਂ ਤੁਹਾਨੂੰ ਕੱਲ੍ਹ। ਬਾਕੀ ਵੀਰ ਹੁਣੇ ਵੀ ਆਏ ਹੋਏ ਆ, ਕਰਦੇ ਵੇਟ ਕਰ ਰਹੇ ਆ ਵੀ ਸਾਨੂੰ ਭੇਜ ਦੇ। ਟਰੈਕਟਰ ਹੋ ਗਿਆ ਸੀ ਰੇਡੀ ਅਤੇ ਸਾਰਾ ਕੁਛ ਲੱਗ ਗਿਆ ਸੀ। ਰਾਤ ਸਾਹਿਬ ਦੇ ਉੱਤਰ ਚਲੇ ਗਿਆ ਤਾਂ, ਬਾਕੀ ਥੋੜ੍ਹਾ ਬਲੋਕ ਰਹਿ ਗਿਆ ਤਾਂ, ਅਤੇ ਹੁਣ ਫਾਈਨਲ ਟੱਚ ਲੱਗ ਗਿਆ। ਫਿਰ ਪਾਈਨੀਅਰ ਵੇਖਾਂ ਭਾਈ, ਟਰੈਕਟਰ ਦੀ ਲੁੱਕ ਚੈੱਕ ਕਰ, ਅਤੇ ਬਾਕੀ ਥੋੜ੍ਹਾ ਬਹੁਤਾ ਜਿਹੜਾ ਕੰਮ ਰਹਿੰਦਾ ਤਾ ਉਹ ਵੀ ਆਪਾਂ ਫਾਈਨਲ ਕਰਤਾ, ਅਤੇ ਬਾਕੀ ਵੀਰ ਨੂੰ ਮਿਲੋ। ਵੀਰ ਕਿੱਦਾਂ ਲੱਗਿਆ ਸਿਸਟਮ? ਬਹੁਤ ਸੋਹਣਾ ਵੀਰੇ, ਬਹੁਤ ਵਧੀਆ, ਐਨ ਨਜ਼ਾਰਾ ਆ ਗਿਆ ਸੀ। ਅਤੇ ਵੀਰ ਉਹਨੇ ਕੱਦੇ ਵੇਟ ਕਰਦੇ ਤੇ ਵੀ ਸਾਨੂੰ ਤੋਰ ਦੋ ਤੋਰ ਦੋ, ਬਹੁਤ ਸੋਹਣਾ। ਅਤੇ ਬਾਕੀ ਆ ਵੀਰ ਦੇ ਭਰਾ, ਇਕੱਲਾ ਇਕੱਲਾ ਮੈਟ ਚੁਣਿਆ ਪਿਆ, ਫਿਟਿੰਗ ਬਹੁਤ ਸੋਹਣੀ ਆ ਵੀਰੇ, ਬਹੁਤ ਸੋਹਣੀ ਆ। ਅਤੇ ਬਾਕੀ ਕਰੋ ਚੈੱਕ, ਤੇ ਵੀਰ ਕਿੰਨਾ ਕੁ ਟਾਈਮ ਹੁੰਦਾ ਟਰੈਕਟਰ ਲਈ ਨੂੰ? ਕਿੰਨਾ ਕੁ ਟਾਈਮ ਹੋਇਆ ਟਰੈਕਟਰ ਲਈ ਨੂੰ? ਟਰੈਕਟਰ ਲਈ ਨੂੰ ਆਪਣੇ ਕੋਲੇ ਲੈ ਕੇ ਆਏ ਤੇ ਸਿੱਧਾ ਹੀ ਟਰੈਕਟਰ ਨਵਾਂ ਹੀ ਲਿਆਂਦਾ ਵਾ, ਤੇ ਲੁੱਕ ਚੈੱਕ ਕਰੋ।